एक विवाह समागम से लौटते हुए बोलेरो गाड़ी में सवार 9 लोगों में से 4 लोगों की दर्दनाक हादसे में मौत हो गई और 5 लोग गंभीर रूप से जख्मी हो गए। यह घटना उस समय घटी जब एक विवाह समागम से मोगा से बरनाला जा रहे बोलेरो सवार कुछ लोगों की एक बस के साथ मोगा बरनाला हाईवे के पास मोगा के गांव बौड़े के पास बस के साथ टक्कर होने से मौके पर मौत हो गई। वहीं मृतक के भाई ने बताया कि कुछ लोगों का कहना है कि बोलेरो गाड़ी में सवार लोगों ने शराब पी हुई थी, लेकिन उसका भाई शराब नहीं पीता था और ना ही किसी तरीके का नशा करता था। उसने बताया कि एक निजी कंपनी की बस बरनाला की तरफ से रॉन्ग साइड से आ रही थी। जब वह पुल से सर्विस लेन की तरफ मुड़ी तो मोगा से आ रही बोलेरो गाड़ी जिसमें उसका भाई और रिश्तेदार सवार थे, वह बस के साथ जा टकराई और यह हादसा हुआ। उन्होंने बस वाले के खिलाफ बनती कार्रवाई की मांग की है। वही मौके पर पहुंचे मोगा के थाना निहाल सिंह बाला के DSP मंजीत सिंह ने बताया कि इस दर्दनाक हादसे में 4 लोगों की मौके पर मौत हो गई। यह चारों लोग शादीशुदा थे। यह हादसा बस वाले की गलती के कारण हुआ। यह बस मालवा ट्रांसपोर्ट कंपनी की है जिस पर नंगल डैम से फिरोजपुर लिखा हुआ था और यह बरनाला की तरफ से आ रही थी। फिलहाल पुलिस अभी इस मामले की तफ्तीश कर रही है और बस वाले के खिलाफ जो भी संगीन जुर्म के अधीन कार्रवाई बनती है वह की जाएगी। जर्नलिस्ट संजीव अरोड़ा के साथ कैमरामैन राजेंद्र कुमार की मोगा से रिपोर्ट। वो शराब भी नहीं पींदा, मैं भी नहीं पींदा, वो भी नहीं पींदे शराब। मान लो बस जो रोंग साइड सड़क से चढ़न लगी, सड़क से गड्डी आँदी सी, उन्होंने टक्कर मारती उन्हें बस ने। बस चढ़ती सी सड़क से रोड से, बड़े रोड से, वो बस वाले नहीं देख के चढ़ाते, हुण की करया जावे। किन्ने ब्लेरो च किन्ने जणे सीगे जी? 9 सत्त सत्त के जणे सी, 7-8 ਜਣੇ ਹੋ ਸਕਦੇ। ਪਤਾ ਲੱਗਿਆ ਮੌਕੇ ਤੇ 4 ਜਣੇ ਦੀ ਡੈਥ ਹੋ ਗਈ, 3 ਜਣੇ ਜ਼ਖਮੀ ਹੋਏ। ਕੀ ਉਹ ਕਿੱਥੋਂ ਦੇ ਰਹਿਣ ਵਾਲੇ? ਸਾਡੇ ਆਪਦੀ ਨੇ, ਮੇਰੇ ਭਤੀਜੇ ਨੇ ਵਿੱਚ, ਮੇਰਾ ਭਰਾ ਹੈ। ਕਿਹੜਾ ਪਿੰਡ ਹੈ ਜੀ ਤੁਹਾਡਾ? ਤਾਜੋ ਪਿੰਡ ਹੈ, ਡਿਸਟ੍ਰਿਕਟ ਬਰਨਾਲੇ ਦਾ। ਹਾਂ ਜੀ, ਬਰਨਾਲੇ। ਹੁਣ ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਹੋਣਾ ਚਾਹੀਦਾ? ਜੋ ਹੁੰਦੀ ਹੈ ਕਾਰਵਾਈ ਹੋਣੀ ਹੈ। ਦੇਖੋ ਗੱਲ ਹੈ ਨਾ, ਅਸੀਂ ਤਾਂ ਕੀ ਮੰਗਣਾ ਹੈਗਾ ਹੁਣ, ਜੋ ਸਾਡੇ ਨਾਲ ਪ੍ਰਮਾਤਮਾ ਨੇ ਕਰਤਾ ਸਤੋ। ਜਿਹੜੇ ਮਰਨ ਵਾਲੇ ਸੀਗੇ, ਕੋਈ ਮੁੰਡੇ ਵਿਆਹੇ ਸੀਗੇ, ਅਨਮੈਰਿਡ ਸੀਗੇ? ਵਿਆਹੇ, ਸਾਰੇ ਵਿਆਹੇ, ਸਾਰੇ ਵਿਆਹੇ। ਕੀ ਬਾਲ ਪਰਿਵਾਰ ਸੀਗੇ? ਉਹਨਾਂ ਦੇ ਕੁੜੀਆਂ ਨੇ, ਇੱਕ ਦੇ ਮੁੰਡਾ ਹੈਗਾ, ਦੋ ਦੇ ਦੋ ਕੁੜੀਆਂ ਕੁੜੀਆਂ ਨੇ। ਨਾਂ ਕੀ ਕੀ ਸੀ ਉਹਨਾਂ ਦੇ ਮੁੰਡੇ ਦੇ? ਯਾਰ ਹੁਣ ਇੰਨਾ ਜ਼ਿਆਦਾ ਨਹੀਂ, ਸਾਡਾ ਜਿਹੜਾ ਭਰਾ ਹੈ ਮੈਥੋਂ ਛੋਟਾ, ਉਹਦਾ ਨਾਂ ਅਕਬਾਲ ਹੈ। ਹੁਣ ਦਿਮਾਗ ਹੁਣ ਕੰਮ ਹੀ ਨਹੀਂ ਕਰ ਰਿਹਾ, ਕੀ ਦੱਸੀਏ, ਬਸ ਕੁਝ ਦੱਸਣ ਨੂੰ ਰਿਹਾ ਹੀ ਨਹੀਂ। ਸਭ ਕੁਝ ਖਤਮ ਹੋ ਗਿਆ ਨਜ਼ਦੀਕ। ਇਹ ਜਿਹੜੀ ਮੇਨ ਹਾਈਵੇ ਜਾ ਰਹੀ ਹੈ, ਇੱਥੇ ਇੱਕ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਪਿੰਡ ਤਾਜੋ ਕੇ ਹੈਗਾ, ਜ਼ਿਲ੍ਹਾ ਬਰਨਾਲਾ, ਅਤੇ ਉਹ ਮੋਗੇ ਤੋਂ ਇੱਕ ਵਿਆਹ ਸਮਾਗਮ ਦੇ ਵਿੱਚੋਂ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ ਤਾਂ ਵਕਤ ਕਰੀਬ 7:45 ਦੇ ਲਗਭਗ ਇੱਕ ਬੱਸ ਮਾਲਵਾ ਬੱਸ ਵਾਲਿਆਂ ਦੀ, ਜਿਹਦੇ ਉੱਪਰ ਨੰਗਲ ਡੈਮ, ਫਿਰੋਜ਼ਪੁਰ ਨੰਗਲ ਡੈਮ ਲਿਖਿਆ, ਅਤੇ ਉਹ ਬਰਨਾਲੇ ਸਾਈਡ ਤੋਂ ਮੋਗੇ ਨੂੰ ਜਾ ਰਹੀ ਸੀ, ਅਤੇ ਇਹ ਪਰਿਵਾਰ ਵਾਲੇ ਮੈਂਬਰ ਮੋਗੇ ਤੋਂ ਬਰਨਾਲਾ ਵੱਲ ਨੂੰ ਜਾ ਰਹੇ ਸੀ, ਤਾਂ ਜਦੋਂ ਇਹ ਬੋਡੇ ਪਿੰਡ ਦੇ ਨਜ਼ਦੀਕ ਜਿੱਥੇ ਇੱਕ ਪੁਲਿਸ ਆ ਰਹੀ ਸੀ ਨਾ, ਉੱਥੇ ਪਹੁੰਚੇ ਤਾਂ ਬੱਸ ਵਾਲੇ ਨੇ ਇਹਨਾਂ ਦੀ ਜਿਹੜੀ ਬਲੈਰੋ ਗੱਡੀ ਦੇ ਵਿੱਚ ਉਹ ਬੱਸ ਮਾਰ ਦਿੱਤੀ, ਜਿਹਦੇ ਕਰਕੇ ਮੌਕੇ 'ਤੇ ਹੀ 4 ਨੌਜਵਾਨਾਂ ਦੀ ਮੌਤ ਹੋ ਗਈ, ਅਤੇ ਬਾਕੀ ਇਹਦੇ ਵਿੱਚ ਸਵਾਰ 3 ਸੀਰੀਅਸ ਜ਼ਖਮੀ ਆ ਅਤੇ 2 ਹੋਰ ਵਿਅਕਤੀ ਜ਼ਖਮੀ ਹੋ ਗਏ। ਉਹਨਾਂ ਨੂੰ ਕਿੱਥੇ ਬਚਾਇਆ ਗਿਆ ਜ਼ਖਮੀਆਂ ਨੂੰ? ਇਹ ਜਿਹੜੇ ਜ਼ਖਮੀ ਸੀਗੇ, 3 ਜਿਹੜੇ ਸੀਰੀਅਸ ਸੀ, ਇਹਨਾਂ ਨੂੰ ਮੋਗੇ ਹੌਸਪੀਟਲ ਵਿੱਚ ਪਹੁੰਚਾਇਆ ਗਿਆ ਅਤੇ ਦੂਸਰਿਆਂ ਨੂੰ ਨਿਹਾਲ ਸਿੰਘ ਵਾਲੇ ਦੀਪ ਹੌਸਪੀਟਲ ਅਤੇ ਹੋਰ ਨੇੜੇ ਹੌਸਪੀਟਲਾਂ ਦੇ ਵਿੱਚ ਪਹੁੰਚਾਇਆ ਗਿਆ। ਤੁਹਾਡੇ ਵੱਲੋਂ ਕੀ ਕਾਰਵਾਈ ਕਰ ਰਹੇ ਹੁਣ ਬੱਸ ਖਿਲਾਫ? ਅਸੀਂ ਹੁਣ ਇਹਨਾਂ ਦੇ ਜ਼ਖਮੀਆਂ ਦੇ ਵਿੱਚੋਂ ਸਟੇਟਮੈਂਟ ਲੈ ਕੇ ਅਤੇ ਬੱਸ ਵਾਲੇ ਦੇ ਬਰਖਿਲਾਫ ਸੰਗੀਨ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆ ਰਹੇ ਹਾਂ। ਜਿਹੜੇ ਮਰਨ ਵਾਲੇ ਬੰਦੇ, ਉਹਨਾਂ ਦਾ ਕੀ ਨਾਮ ਸੀਗੇ ਸਰ? ਜਿਹੜੇ ਮਰਨ ਵਾਲੇ ਸੀਗੇ ਉਹਨਾਂ ਦੇ ਨਾਲੋਂ ਵਿੱਚੋਂ ਇੱਕ ਇਕਬਾਲ ਸਿੰਘ ਡਰਾਈਵਰ ਸੀਗਾ, ਜਿਹਦੀ ਉਮਰ ਤਕਰੀਬਨ 22-23 ਸਾਲ ਦੀ ਉਮਰ ਆ। ਦੂਸਰਾ ਇੱਕ ਸੁਖਜੀਤ ਸਿੰਘ ਸੀ, ਇੱਕ ਭੂਸ਼ਣ ਸੀ, ਅਤੇ ਇੱਕ ਹੋਰ ਲੜਕਾ ਲੱਖੇ ਨਾਂ ਦਾ ਲੜਕਾ ਸੀਗਾ। ਇਹ ਜਿਹੜੇ ਸੀਗੇ ਪਿੰਡ ਤਾਜੋ ਕੇ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਸੀ। ਇਹ ਇੱਕ ਤਾਜੋ ਤੋਂ ਅੱਜ ਵਿਆਹ ਸਮਾਗਮ ਦੇ ਵਿੱਚ ਮੋਗੇ ਇੱਕ ਪੈਲਸ ਦੇ ਵਿੱਚੋਂ ਲੜਕੇ ਨੂੰ ਵਿਆਹੁਣ ਗਏ ਸੀ, ਉੱਥੋਂ ਬਰਾਤ 'ਚੋਂ ਵਾਪਸ ਆਪਦੇ ਪਿੰਡ ਨੂੰ ਜਾ ਰਹੇ ਸੀ। ਇਸ ਬਾਰੇ ਤਾਂ ਨਹੀਂ ਕੁਛ ਕਿਹਾ ਕੀਤਾ, ਪਰ ਮੌਕੇ ਦੇ ਹਾਲਾਤ ਮੁਤਾਬਕ ਇਹ ਤਾਂ ਸੋਫੀ ਜਾਪ ਰਹੇ ਸੀ।